ਗੁਰਪੂਰਾ ਜਿਨ ਸਿਮਰਿਆ ਸਈ ਭਏ ਨਿਹਾਲ ਨਾਨਕੋ ਨਾਮ ਅਰਾਧਨਾ ਕਾਰਜ ਆਵੈ ਰਾਸ ਗੁਰਪੂਰਾ ਜਿਨ ਸਿਮਰਿਆ ਸਈ ਭਏ ਨਿਹਾਲ ਨਾਨਕੋ ਨਾਮ ਆਰਾਧਨਾ ਕਾਰਜ ਆਵੇ ਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਸ਼ਲੋਕ 12 ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਇਸ ਲੜੀ ਦੇ ਤਹਿਤ ਸ਼ਹੀਦਾਂ ਦੇ ਸਰਤਾਜ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 8 ਨੰਬਰ ਸ਼ਲੋਕ ਜਿਸ ਦਾ ਆਪਾਂ ਸਾਰਿਆਂ ਨੇ ਹੀ ਪਾਠ ਸਰਵਣ ਕੀਤਾ ਹੈ ਇਹ ਪਾਵਨ ਸ਼ਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1425 ਦੇ ਉੱਪਰ ਸੁਭਾਏ ਮਾਨ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਸ਼ਲੋਕ ਦੁਆਰਾ ਉਪਦੇਸ਼ ਦੇ ਰਹੇ ਨੇ ਕਿ ਜੋ ਮਨੁੱਖ ਆਪਣੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਉੱਤੇ ਆਪਣੇ ਜੀਵਨ ਨੂੰ ਤੋਰਦੇ ਨੇ ਇੰਜ ਕਹ ਲਈਏ ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰਨ ਦਾ ਯਤਨ ਕਰਦੇ ਨੇ ਉਹਨਾਂ ਦਾ ਜੀਵਨ ਖੁਸ਼ੀਆਂ ਨਾਲ ਖੇੜੀਆਂ ਨਾਲ ਆਨੰਦ ਨਾਲ ਭਰ ਜਾਂਦਾ ਹੈ ਉਹ ਹਰ ਵਕਸ ਵਕਤ ਵਿਗਾਸ ਵਿੱਚ ਖੇੜੇ ਵਿੱਚ ਰਹਿੰਦੇ ਨੇ ਜਿਹੜੇ ਇਨਸਾਨ ਆਪਣੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਉੱਤੇ ਆਪਣੇ ਜੀਵਨ ਨੂੰ ਤੋਰਦੇ ਹਨ ਹਜ਼ੂਰ ਫਰਮਾਉਂਦੇ ਹਨ ਗੁਰ ਪੂਰਾ ਜੇਨ ਸਿਮਰਿਆ ਹੁਣ ਜਦੋਂ ਆ ਆਪਾਂ ਇਸ ਤੋਂ ਪਹਿਲੇ ਸ਼ਲੋਕ ਦੀ ਵਿਚਾਰ ਕੀਤੀ ਸੀ ਕਿ ਗੁਰੂ ਪਾਤਸ਼ਾਹ ਜੀ ਨੇ ਇਨ੍ਹਾਂ ਸ਼ਲੋਕਾਂ ਵਿੱਚ ਜੋ ਉਪਦੇਸ਼ ਦਿੱਤਾ ਹੈ ਕਿ ਜੋ ਪ੍ਰਭ ਰਖੇ ਆਪ ਤင် ਕੋਈ ਨਾ ਮਾਰੇ ਹੁਣ ਜਦੋਂ ਆਪਾਂ ਇਹਨਾਂ ਪੰਕਤੀਆਂ ਦਾ ਪਾਠ ਕਰਦੇ ਹਾਂ ਤਾਂ ਇੰਜ ਲੱਗਦਾ ਕਿ ਜਿਹੜੇ ਪਰਮਾਤਮਾ ਦੇ ਹੋ ਜਾਂਦੇ ਨੇ ਜਾਂ ਜਿਨ੍ਹਾਂ ਨੂੰ ਪਰਮਾਤਮਾ ਰੱਖ ਲੈਂਦਾ ਹੈ ਉਹਨਾਂ ਨੂੰ ਫਿਰ ਕੋਈ ਮਾਰ ਨਹੀਂ ਸਕਦਾ ਹੁਣ ਉਹਨਾਂ ਸ਼ਬਦਾਂ ਨੂੰ ਪੜਨ ਨਾਲ ਤੇ ਇੰਜ ਲੱਗਦਾ ਵੀ ਜਿਹੜੇ ਬੰਦੇ ਰੱਬ ਨਾਲ ਜੁੜ ਜਾਂਦੇ ਨੇ ਸੱਚ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਕਦੀ ਮੌਤ ਹੁੰਦੀ ਨਹੀਂ ਪਰ ਇਹ ਤੇ ਇੱਕ ਅਟਲ ਸਚਾਈ ਹੈ ਵੀ ਜੋ ਆਇਆ ਉਹਨੇ ਜਾਣਾ ਹੈ ਫਿਰ ਇਹਨਾਂ ਸ਼ਬਦਾਂ ਦੇ ਭਾਵ ਅਰਥ ਅੰਤਰੀ ਭਾਵਸਾਂ ਨੂੰ ਸਮਝਣੇ ਪੈਣਗੇ ਤਾਂ ਸਾਨੂੰ ਗੱਲ ਸਮਝ ਆਏਗੀ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ ਇਦਾਂ ਹੀ ਇਸ ਲੋਕ ਵਿੱਚ ਵੀ ਆ ਗੁਰਪੂਰਾ ਜਨ ਸਿਮਰਿਆ ਹੁਣ ਜਦੋਂ ਤੱਕ ਆਪਾਂ ਉਹਦੀ ਵਿਆਖਿਆ ਨਹੀਂ ਕਰਾਂਗੇ ਅੰਤਰੀ ਭਾਵ ਨੇ ਸਮਝਾਂਗੇ ਤੇ ਕਹਿਆ ਕਹਿਣਾ ਸ਼ਾਇਦ ਗੁਰੂ ਗੁਰੂ ਕਹਿਣਾ ਹੀ ਗੁਰੂ ਨੂੰ ਸਿਮਰਨਾ ਹੈ ਵੀ ਇੱਕ ਵਿਅਕਤੀ ਰੋਜ਼ ਗੁਰੂ 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 ਕਰੀ ਜਾਵੇ ਸ਼ਾਇਦ ਇਹੋ ਗੁਰੂ ਦਾ ਸਿਮਰਨ ਹੈ ਕਿ ਗੁਰੂ ਸਾਹਿਬ ਇਹ ਉਪਦੇਸ਼ ਦੇ ਰਹੇ ਨੇ ਸਾਨੂੰ ਜਦੋਂ ਗੁਰਪੂਰਾ ਜਨ ਸਿਮਰਿਆ ਦੀ ਗੱਲ ਆਉਂਦੀ ਹੈ ਤੇ ਉਹਦੇ ਅੰਤਰੀ ਭਾਵ ਉਹਦੇ ਭਾਵ ਅਰਥ ਇਹ ਨਿਕਲਣਗੇ ਗੁਰੂ ਨੂੰ ਸਿਮਰਨ ਦਾ ਮੀਨਿੰਗ ਹੈ ਗੁਰੂ ਦੀ ਦੱਸੀ ਹੋਈ ਗੱਲ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਇਹ ਗੁਰੂ ਦਾ ਸਿਮਰਨ ਹੈ ਇਹ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਣਾ ਗੁਰਪੂਰਾ ਜਿਨ ਜਿਸ ਨੇ ਗੁਰਪੂਰੇ ਨੂੰ ਸਿਮਰਿਆ ਹੈ ਸਈ ਭਏ ਨਿਹਾਲ ਉਹ ਪ੍ਰਸੰਨ ਚਿਤ ਹੋ ਗਏ ਯਾਨੀ ਕਿ ਆਨੰਦ ਨਾਲ ਭਰ ਗਏ ਉਹ ਇਨਸਾਨ ਜਿਨ੍ਹਾਂ ਨੇ ਆਪਣੇ ਪੂਰੇ ਗੁਰੂ ਦੀ ਸਿੱਖਿਆ ਉੱਤੇ ਆਪਣੇ ਜੀਵਨ ਨੂੰ ਬਤੀਤ ਕੀਤਾ ਹੈ ਹੁਣ ਪਾਤਸ਼ਾਹ ਇੱਥੇ ਗੱਲ ਕਰਦੇ ਨੇ ਗੁਰੂ ਦੀ ਤੇ ਆਪਾਂ ਗੁਰੂ ਬਾਰੇ ਬਾਣੀ ਵਿੱਚ ਕਿੰਨੇ ਪ੍ਰਮਾਣ ਪੜ ਚੁੱਕੇ ਆਂ ਆਸਾ ਕੀ ਵਾਰ ਜਦੋਂ ਆਰੰਭ ਹੁੰਦੀ ਆ ਆਪਾਂ ਉਹਨਾਂ ਸ਼ਲੋਕਾਂ ਨੂੰ ਧਿਆਨ ਨਾਲ ਪੜ੍ਹੀਏ ਤੇ ਪਾਤਸ਼ਾਹ ਜੀ ਕਿਹਦੀ ਪਿਆਰੀ ਗੱਲ ਕਰਦੇ ਨੇ ਕਿ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਲੇ ਹਾਰੀ ਗੁਰੇ ਆਪਣੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਬਲੇਹਾਰ ਜਾਂਦਾ ਬਲੇਹਾਰੀ ਗੁਰੇ ਆਪਣੇ ਦਿਉਹਾੜੀ ਦਿਉਹਾੜੀ ਸੱਦ ਵਾਰ ਇੱਕ ਦਿਨ ਚ 100 ਵਾਰ ਕੁਰਬਾਨ ਜਾਂਦਾ ਆਪਣੇ ਗੁਰੂ ਤੋਂ ਕਿਉਂ ਜਾਂਦਾ ਕਿਉਂਕਿ ਜਿੰਨ ਮਾਨਸ ਤੇ ਜਿਨੇ ਆਮ ਮਨੁੱਖਾਂ ਤੋਂ ਦੇਵਤੇ ਕੀ ਸਾਨੂੰ ਦੇਵੀ ਗੁਣਾ ਵਾਲੇ ਦੇਵਤੇ ਬਣਾਤਾ ਕਰਤਨ ਰਾਗੀ ਵਾ ਇਹ ਕੰਮ ਕਰ ਗਿਆ ਉਹਨੂੰ ਜਿਆਦਾ دیر ਵੀ ਨਹੀਂ ਲੱਗੀ ਫਿਰ ਅੱਗੇ ਕਹਿੰਦਾ ਜੇ 100 ਚੰਦਾ ਉਗਵੇਂ ਸੂਰਜ ਚੜੇ ਹਜ਼ਾਰ ਹੁਣ ਇੱਥੇ ਵੀ ਗੱਲ ਬਾਹਰ ਦੀ ਰੋਸ਼ਨੀ ਦੀ ਨਹੀਂ ਹੋ ਰਹੀ ਇੱਥੇ ਵੀ ਬਾਹਰਲੀ ਰੋਸ਼ਨੀ ਦੀ ਗੱਲ ਨਹੀਂ ਹੋ ਰਹੀ ਕਿ ਜੇ 100 ਚੰਦਰ ਮਾ ਉਹਦੇ ਉਜਾਨ 100 ਜੇ 100 ਚੰਦਾ ਉਗਵੇਂ ਸੂਰਜ ਹਜ਼ਾਰਾਂ ਸੂਰਜ ਹੋ ਜਾਣ ਇੱਥੇ ਚੰਨਣ ਹੁੰਦੇ ਆ ਗੁਰਬਿੰਨ ਕੋਰ ਅੰਧਾਰ ਹੁਣ ਇਹ ਸੂਰ ਚੰਦਰਮਾ ਬਾਹਰ ਨੇ ਗੁਰੂ ਦਾ ਕੰਮ ਮੁਖ ਦੇ ਜੀਵਨ ਦੇ ਅੰਦਰ ਹੈ ਇਹ ਕੀ ਬਣਿਆ ਉਹਦੇ ਅਰਥ ਉੱਥੇ ਵੀ ਸਾਨੂੰ ਉਹਨਾਂ ਸ਼ਬਦਾਂ ਦੇ ਅਰਥ ਭਾਵਰ ਸਮਝਣੇ ਪੈਣਗੇ ਕਿਉਂਕਿ ਬਸੰਤ ਰਾਗ ਦਾ ਇੱਕ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦਾ ਚੰਦ ਸੂਰਜ ਦੋਏ ਘਰ ਹੀ ਭੀਤਰ ਇੱਕ ਚੰ드ਰਮਾ ਸੂਰਜ ਤੇ ਆਪ ਨੂੰ ਬਾਹਰ ਦਿਖਾਈ ਦੇ ਰਹੇ ਨੇ ਜਿਹਨਾਂ ਨਾਲ ਸਾਡਾ ਰੋਜ਼ ਵਾਪੈਂਦਾ ਹੈ ਸੂਰਜ ਦੀ ਰੋਸ਼ਨੀ ਚ ਆਪਾਂ ਕੰਮ ਕਰਦੇ ਆ ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬੰਦਿਆ ਤੇਰੇ ਅੰਦਰ ਵੀ ਸੂਰਜ ਤੇ ਚੰ드ਰਮਾ ਹੈਗੇ ਨੇ ਚੰਦ ਸੂਰਜ ਦੋਏ ਘਰ ਹੀ ਕੀ ਭੀਤਰ ਐਸਾ ਗਿਆਨ ਨਾ ਪਾਇਆ ਗੁਰੂ ਸਾਹਿਬ ਉਹਤੇ ਗੱਲ ਸਮਝਾਉਂਦੇ ਨੇ ਕਿ ਭਾਈ ਤੂੰ ਬਾਹਰ ਦੀਆਂ ਗੱਲਾਂ ਇਹਨੂੰ ਦੱਸੀ ਜਾਣਾ ਇਹ ਤੇ ਦੱਸਦਾ ਹੀ ਨਹੀਂ ਕਿ ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੇ ਪਾਇਆ ਚੰਦ ਸੂਰਜ ਦੋਇ ਘਰੀ ਕੀ ਭੀਤਰ ਐਸਾ ਗਿਆਨ ਨਾ ਪਾਇਆ ਵੀ ਜਦਾਂ ਬਾਹਰ ਸਮੁੰਦਰ ਹੈ ਇਹਦਾ ਬੰਦੇ ਦੇ ਅੰਦਰ ਵੀ ਸਮੁੰਦਰ ਹੈ ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੇ ਪਾਇਆ ਚੰਦ ਸੂਰਜ ਦੋਇ ਘਰੀ ਭੀਤਰ ਇਥੇ ਸੂਰਜ ਤੇ ਚੰਦਰਮਾ ਦਾ ਕੀ ਮੀਨਿੰਗ ਹੈ ਸੂਰਜ ਦਾ ਸਤ ਤੇਜ ਪ੍ਰਤਾਪ ਬੰਦੇ ਦੇ ਅੰਦਰ ਜਿਹੜੀ ਕੰਮ ਕਰਨ ਦਾ ਹੁਨਰ ਹੈ ਜਿਹੜੀ ਕਲਾ ਹੈ ਇਸ ਸੂਝ ਦਾ ਤੇਜ ਪ੍ਰਤਾਪ ਹੈ ਮਨੁੱਖ ਨੇ ਕਿੰਨਾ ਕੁਝ ਪੈਦਾ ਕੀਤਾ ਆਪਣੇ ਸੁੱਖ ਸਾਧਨ ਲਈ ਜੇ ਜੇ ਆਪਾਂ ਵੇਖੀਏ ਜੇ ਇਹਨੂੰ ਆਪਾਂ ਬਰੀਕੀ ਨਾਲ ਵੇਖੀਏ ਅੱਜ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਲਈ ਜਿਹੜੀਆਂ ਆਪਣੇ ਗੱਡੀਆਂ ਮੋਟਰ ਗੱਡੀਆਂ ਨੇ ਘੋੜੇ ਕਦੀ ਥੱਕ ਜਾਂਦੇ ਸੀ ਹਾਥੀ ਥੱਕ ਜਾਂਦੇ ਸੀ ਜਿਹੜੀਆਂ ਅੱਜ ਚੀਜ਼ਾਂ ਬਣਾਉਂਦੀਆਂ ਡਰਾਈਵਰ ਚੇਂਜ ਕਰਨਾ ਪੈਂਦਾ ਜਿਹੜੀਆਂ ਬਣਾਈਆਂ ਚੀਜ਼ਾਂ ਉਹ ਥਕਦੀਆਂ ਨਹੀਂ ਬੰਦਾ ਹਜ਼ਾਰਾਂ ਕਿਲੋਮੀਟਰ ਸਫ਼ਰ ਤੈਅ ਕਰਦਾ ਹੈ ਪਲੇਨ ਬਣਾਤਾ ਹੈਲੀਕਾਪਟਰ ਤਿਆਰ ਕਰ ਦਿੱਤੇ ਬੰਦੇ ਦੇ ਅੰਦਰ ਦੇ ਮਤਲਬ ਜਾਨੀ ਕਿ ਇਨਸਾਨ ਨੂੰ ਫਿਜ਼ੀਕਲ ਤੌਰ ਤੇ ਬਾਹਰੀ ਤੌਰ ਤੇ ਸੁੱਖ ਦੇਣ ਲਈ ਕਿੰਨਾ ਕੁਝ ਮਨੁੱਖ ਨੇ ਇਸ ਦੁਨੀਆ ਚੋਂ ਪ੍ਰਗਟ ਕੀਤੇ ਪੈਦਾ ਕੀਤੇ ਇਹ ਬੰਦੇ ਦੇ ਅੰਦਰ ਤੇ ਸੂਝ ਦੀ ਕਲਾ ਹੈ ਦੂਰ ਕੀ ਜਣਾ ਐਗਜ਼ਾਮਪਲ ਤੌਰ ਤੇ ਕਦੇ ਸਮਾਂ ਹੁੰਦਾ ਸੀ ਕੋਈ ਬੰਦਾ ਗੱਲ ਕਰਦਾ ਸੀ ਉਹਨੂੰ ਕੋਈ ਰਿਕਾਰਡ ਕਰਕੇ ਕੋਈ ਸੇਵਕਾ ਕੇ ਰੱਖ ਥੋੜਾ ਸਕਦਾ ਸੀ ਜਿਹਾ ਇਤੋਂ ਆਪਾਂ 500 ਹਜ਼ਾਰ ਸਾਲ ਪਹਿਲਾਂ ਦੀ ਜੀ ਗੱਲ ਕਰੀਏ ਥੋੜੀ ਦੂਰ ਪਹਿਲਾਂ ਦੀ ਆਪਾਂ ਗੱਲ ਕਰਨੇ ਆ ਅਜੇ ਵੀ ਉਹ ਬਜ਼ੁਰਗ ਬੈਠੇ ਹੋਣਗੇ ਜਿਨ੍ਹਾਂ ਦੇ ਆਨੰਦ ਕਾਰਜ ਹੋਏ ਉਹ ਕਹਿੰਦੇ ਪੁੱਤਰ ਸਾਡੇ ਵੇਲੇ ਕੈਮਰਾ ਕਿਹੜਾ ਸੀ ਸਾਡੇ ਵੇਲੇ ਕਿਹੜੀ ਮੂਵੀ ਸੀ ਜਿਹੜਾ ਕੋਈ ਵੀਡੀਓ ਬਣਾ ਲਿੰਦਾ ਉਹਨਾਂ ਦੇ ਵਿਆਹ ਹੋਏ ਅੱਜ 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 ਤੋਂ 10-15 ਸਾਲ ਜਿਸ ਬੰਦੇ ਦੀ ਕੋਈ ਕੋਈ ਮੈਰਿਜ ਹੋਈ ਹੈ ਕੋਈ ਵਿਆਹ ਹੋਇਆ ਉਹਦੀ ਮੂਵੀ ਹੈ ਉਹ ਬੱਚਿਆਂ ਨੂੰ ਵਿਖਾਉਂਦਾ ਜੀ ਆਹ ਵੇਖੋ ਜੀ ਇਦਾਂ ਮੇਰਾ ਆਨੰਦ ਕਾਰਜ ਹੋਇਆ ਸੀ ਇਦਾਂ ਅਸੀਂ ਫਲਾਣਾ ਤਾਂ ਘੁੰਮਣ ਗਏ ਸੀ ਆ ਫਲਾਣੇ ਸਾਲ ਦੀ ਮੇਰੀ ਪਿਕਚਰ ਹੈ ਆ ਮੈਂ ਉਦੋਂ ਆ ਗੱਲ ਬੋਲੀ ਸੀ ਕੋਈ ਕਿੰਨੇ ਗਾਇਕ ਨੇ ਕਿੰਨੇ ਰਾਗੀ ਜੱਥੇ ਨੇ ਜਿਹੜੇ ਕੀਰਤਨ ਕਰਦੇ ਚਲੇ ਗਏ ਉਹਨਾਂ ਦੀ ਆਵਾਜ਼ ਅੱਜ ਵੀ ਗੂੰਜਾ ਪਾ ਰਹੀ ਹੈ ਇਹ ਬੰਦੇ ਦੇ ਅੰਦਰ ਦੇ ਸੂਰਜ ਨੇ ਉਸ ਚੀਜ਼ ਨੂੰ ਸਾਹਮਣੇ ਦੁਨੀਆ ਤੱਕ ਪਹੁੰਚਾਤਾ ਉਹ ਚੀਜ਼ ਦੁਨੀਆ ਸਾਹਮਣੇ ਲੈ ਆਂਦੀ ਕਿ ਆਹ ਵੇਖੋ ਭਾਈ ਕਿੰਨੇ ਗਾਇਕ ਕਿੰਨੇ ਕਲਾਕਾਰ ਕਿੰਨੇ ਗਾਉਣ ਵਾਲੇ ਕਿੰਨੇ ਕਥਾ ਕਰਨ ਵਾਲੇ ਉਹਦੀ ਆਵਾਜ਼ ਰਿਕਾਰਡ ਕੀਤੀ ਆ ਹੁਣ ਦੂਰ ਕੀ ਜਾਣ ਆਪਾਂ ਸਟੂਡੀਓ 'ਚ ਬੈਠ ਕੇ ਤੁਹਾਡਾ ਨਾ ਵਿਚਾਰ ਕਰ ਰਹੇ ਆ ਵਾਜ ਗੱਲ ਇੱਕ ਵਾਰ ਕਹੀ ਜਾ ਰਹੀ ਹੈ ਪਰ ਉਹਨੂੰ ਇਕੱਠਾ ਕੀਤਾ ਜਾ ਰਿਹਾ ਹੈ ਸੇਵ ਕੀਤਾ ਜਾ ਰਿਹਾ ਹੈ ਇਹ ਸਾਧਨ ਜਿਹਨੇ ਪੈਦਾ ਕੀਤੇ ਨੇ ਕਿ ਐਡਾ ਬੋਲਿਆ ਜਾਣਾ ਐਡਾ ਆਵਾਜ਼ ਵਿੱਚੋਂ ਦੀ ਜਾਣੀ ਹੈ ਐਡਾ ਉਸ ਆਵਾਜ਼ ਨੂੰ ਸੇਵ ਕਰ ਲਿਆ ਜਾਣਾ ਹੈ ਬੰਦੇ ਨੇ ਕਦੀ ਅੰਦਾਜ਼ਾ ਲਾ ਕੇ ਕਿਉਂਕਿ ਆਪਣੇ ਸਾਹਮਣੇ ਪਈ ਚੀਜ਼ਾਂ ਆਪ ਨੂੰ ਇਸ ਗੱਲ ਦਾ ਪਤਾ ਨਹੀਂ ਨਾ ਪਰ ਜਿਨੇ ਜਿਨੇ ਨੂੰ ਪ੍ਰਗਟ ਕੀਤਾ ਜਿਨੇ ਨੂੰ ਪੈਦਾ ਕੀਤਾ ਕਿੰਨੀ ਮਿਹਨਤ ਕਿੰਨੀ ਸਟੱਡੀ ਕਰਨੀ ਪਈ ਹੋਏਗੀ ਕਦੀ ਸੋਚ ਕੇ ਵੇਖੋ ਕਿੰਦੀ ਬ੍ਰੀਕੀ ਨਾਲ ਵੇਖਿਆ ਆਪਾਂ ਆਪਾਂ ਪੈਟਰੋਲ ਵਾਲੀ ਗੱਡੀ ਦੇ ਉੱਪਰ ਬੈਠੇ ਆ ਥੱਲੇ ਟੈਂਕਰ 40 50 ਲੀਟਰ ਪੈਟਰੋਲ ਹੈ ਗੱਡੀ ਦੇ ਵਿੱਚ ਗੱਡੀ 100 150 ਦੀ ਸਪੀਡ ਤੇ ਜਾ ਰਹੀ ਹੈ ਬੈਠੇ ਤੇ ਅੱਖ ਦੇ ਢੇਰਤੇ ਹਨ ਪਰ ਬੰਦਰਾ ਦਿਮਾਗ ਵੇਖੋ ਕਿੱਡਾ ਤੇਜ਼ ਹੈ ਬਹੁਤ ਘਟਕੇ ਇਸ ਵਾਪਰਦੇ ਨੇ ਵੀ ਗੱਡੀ ਦਾ ਐਕਸੀਡੈਂਟ ਹੋਵੇ ਤੇ ਪੈਟਰੋਲ ਡੀਜ਼ਲ ਵਾਲੀ ਟੈਂਕੀ ਫਟੇ ਕਿਉਂਕਿ ਉਹ ਇੰਨੀ ਮੋਟੀ ਬਣਾਈ ਹੋ ਜਾਂਦੀ ਹੈ ਕਿ ਜਿੰਨੀ ਮਰਜ਼ੀ ਗੱਡੀ ਦਾ ਨੁਕਸਾਨ ਹੋ ਜਾਏ ਪਰ ਉਹ ਟੈਂਕਰ ਛੇਤੀ ਕੀਤੇ ਨਹੀਂ ਫਟਦਾ ਕਿੰਨਾ ਕਿੰਨਾ ਬ੍ਰੇਨ ਲਾਇਆ ਹੋਏਗਾ ਬੰਦੇ ਨੇ ਕਿੰਨਾ ਦਿਮਾਗ ਨਿੱਕੇ ਨਿੱਕੇ ਪਾਈਪਾਂ ਰਾਈਆਂ ਨਾਲੀਆਂ ਰਾਈਂ ਤੇਲ ਇੰਜਨ ਤੱਕ ਪਹੁੰਚਦਾ ਇਹਨੂੰ ਕਿਉਂਕਿ ਆਪਣੇ ਕੋਲ ਹੈਗਾ ਨਾ ਆਪਾਂ ਤੇ ਪੈਸੇ ਦੇ ਕੇ ਖਰੀਦ ਲੈਂਦਾ ਪਰ ਜਿਹਨੇ ਨਿੱਕੀ ਨਿੱਕੀ ਚੀਜ਼ ਤੇ ਇੱਕ ਗੱਡੀ ਨੂੰ ਤਿਆਰ ਕਰ ਲਈ ਕਿੰਨੀਆਂ ਗੱਡੀਆਂ ਡੈਮੇਜ ਕਰਦੇ ਨੇ ਫਿਰ ਜਾ ਕੇ ਗੱਡੀ ਤਿਆਰ ਕਰਦੇ ਜਿੱਥੇ ਬੰਦਾ ਆਪਣੇ ਪਰਿਵਾਰ ਸਮੇਤ ਕਿਤੇ ਸਫ਼ਰ ਕਰਨ ਜਾਂਦਾ ਇੱਕ ਕਿੱਥੋਂ ਆਇਆ ਸਾਰਾ ਕੁਝ ਬੰਦੇ ਦੇ ਅੰਦਰ ਦੇ ਸੂਰਜ ਨੇ ਪੈਦਾ ਕੀਤਾ ਹੈ ਬੰਦੇ ਦੇ ਗਰਦਨ ਤੋਂ ਉੱਪਰਲੇ ਹਿੱਸੇ ਐਨੇ ਪੈਦਾ ਕੀਤੇ ਪਾਸ਼ਕੰਦ ਜੀ ਇੰਨਾ ਕੁਝ ਬਾਹਰ ਪੈਦਾ ਕਰ ਸਕਦਾ ਇਹ ਤੇ ਜੋ ਥੋੜਾ ਜਿਹਾ ਵੀ ਕਿਤੇ ਹਿੱਸਾ ਆਪਣੇ ਅੰਦਰ ਤੇ ਲਾਇਆ ਹੁੰਦਾ ਤੂੰ ਰੱਖਾਂ ਬੰਨਦਾ ਫਿਰਦਾ ਧਾਗੇ ਬੰਨਦਾ ਫਿਰਦਾ ਤਵੀਤ ਬੰਨਦਾ ਫਿਰਦਾ ਤੂੰ ਤੂੰ ਖੁਸ਼ੀਆਂ ਪਦਾਰਥਾਂ ਤੋਂ ਲੱਭਦਾ ਫਿਰਦਾ ਉਹ ਤੂੰ ਤੇ ਖੁਸ਼ੀਆਂ ਦਾ ਬਾਦਸ਼ਾਹ ਥਾ ਤੇਰੇ ਕੋਲ ਤੇ ਇੰਨਾ ਕੁਝ ਸੀ ਤੂੰ ਤੇ ਖੁਸ਼ੀਆਂ ਵੰਡਣ ਵਾਲਾ ਸੀ ਤੂੰ ਤੇ ਉਹ ਇਨਸਾਨ ਸੀ ਤੂੰ ਤਾਂ ਪਸ਼ੂਆਂ ਨੂੰ ਪੰਛੀਆਂ ਨੂੰ ਟ੍ਰੇਨਿੰਗ ਦੇ ਦਿੱਤੀ ਤੂੰ ਤੇ ਆਪਣੀ ਭਾਸ਼ਾ ਤੋਤਿਆਂ ਕੋਲੋਂ ਬੁਲਾ ਲਈ ਤੇਰਾ ਫੁੱਟਬਾਲ ਖੇਲਣ ਨੂੰ ਜੀ ਕੀਤਾ ਤੂੰ ਹਾਥੀ ਕੋਲੋਂ ਫੁੱਟਬਾਲ ਖਲਵਾ ਲਿਆ ਤੂੰ ਤੇ ਇਹ ਤੇਰੇ ਕੋਲ ਤੇ ਨਹੀਂ ਤਾਕਤ ਹੈ ਤੇਰੇ ਕੋਲ ਤੇ ਨਹੀਂ ਸ਼ਕਤੀ ਹੈ ਤੂੰ ਬਲਵਾਨ ਹੈ ਬੜੀ ਸ਼ਕਤੀ ਹੈ ਤੇਰੇ ਕੋਲ ਤੇ ਸ਼ਕਤੀ ਸਾਰੀ ਕੱਚ ਹੈ ਅਈ ਚ ਆ ਗਰਦਨ ਤੋਂ ਉੱਪਰ ਲੈ ਸੇ ਚ ਇਹਦੇ ਇਹਦੇ ਨਾਲ ਤੂੰ ਕਿੰਨਾ ਕੁਝ ਪੈਦਾ ਕੀਤਾ ਜਦੋਂ ਇਨਸਾਨ ਨੂੰ ਇਸ ਗੱਲ ਦੀ ਸਮਝ ਲੱਗੀ ਨਾ ਕਿ ਤੂੰ ਇਸ ਪੱਖੋਂ ਬੜਾ ਅਮੀਰ ਹੈ بار بار ਤੁਸੀਂ ਘਰਾਂ ਚ ਬੈਠੇ ਸੁਣ ਰਹੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਚ ਨਾ ਤੁਸੀਂ ਕਦੀ ਵੇਖਿਓ ਸਾਰਾ ਯੋਰ ਇਹਦੇ ਤੇ ਦਿੱਤਾ ਹੈ ਬੰਦੇ ਦੇ ਦਿਮਾਗ ਤੇ ਬੰਦੇ ਦੇ ਮਨ ਤੇ ਬੰਦੇ ਦੇ ਬ੍ਰੇਨ ਤੇ ਬੰਦੇ ਦੀ ਸੁਰਤ ਤੇ ਬੰਦੇ ਨੂੰ ਸੁਰਤ ਮਤ ਬੁੱਧ ਘੜਨ ਤੇ ਦਿੱਤਾ ਹੋਇਆ ਹੁਣ ਜਿਹੜੇ ਲੋਕ ਇਹਦੀ ਵਰਤੋਂ ਹੀ ਨਹੀਂ ਕਰਦੇ ਫਰੈਸ਼ੀ ਪਿਆ ਹੋਇਆ ਮੈਂ ਕਈ ਵਾਰੀ ਸੋਚਦਾ ਹੁੰਨਾ ਵੀ ਇਹਨੂੰ ਮਾੜਾ ਮੋੜ ਵਰਤ ਲਓ ਵਰਤੋਗੇ ਤੇ ਵਧੇਗਾ ਹੁਣ ਆਪਣੇ ਭਾਰਤ ਦੇ ਬੱਚਿਆਂ ਦਾ ਜਿਹੜੇ ਖਾਸ ਕਰਕੇ ਭਾਰਤ ਵਿੱਚ ਪੜ੍ਹਦੇ ਨੇ ਇਹਨਾਂ ਬੱਚਿਆਂ ਦਾ ਮੈਥ ਕਿਉਂ ਜ਼ਿਆਦਾ ਧੀਜ ਹੈ ਬਾਹਰੀਆਂ ਕੰਟੀਆਂ ਚ ਉਹ ਉਹ ਉਹਨਾਂ ਦੇ ਮੈਥ ਥੋੜੇ ਜੇ ਇਸ ਪੱਖੋਂ ਡਾਊਨ ਨੇ ਕਿਉਂਕਿ ਉੱਥੇ ਅਰਬਾਂ ਖਰਬਾਂ ਦਾ ਕਰੋਨਾ ਦਾ ਹਿਸਾਬ ਤੱਕ ਕੈਲਕੂਲੇਟਰ ਤੇ ਕਰ ਲੈਂਦੇ ਇੱਥੇ ਵੀ ਇਹ ਬਿਮਾਰੀ ਹੋਲੀ ਪੈਦੀ ਆ ਪੁਰਾਣੇ ਬਜ਼ੁਰਗਾਂ ਦਾ ਮੈਥ ਕਿੰਨਾ ਆਈ ਹੁੰਦਾ ਸੀ ਉਹ ਮਿੰਟਾਂ ਸਕਿੰਟਾਂ ਵਿੱਚ ਉਹ ਜੋੜ ਘਟਾਓ ਕਰਕੇ ਤੁਹਾਡੇ ਸਾਹਮਣੇ ਰਕਮ ਰੱਖ ਦਿੰਦੇ ਸੀ ਅੱਜ ਵੀ ਤੁਸੀਂ ਵੱਡੇ ਵੱਡੇ ਸ਼ੋਰੂਮਾਂ ਤੇ ਦੁਕਾਨਾਂ ਜਾਓ ਉੱਥੇ ਪਿੱਛੇ ਬੈਠੇ ਜਿਹੜੇ ਅਸਲ ਅਸਲੀ ਬਿਜ਼ਨਸਮੈਨ ਆ ਉਹ ਉਹ ਉਹਨਾਂ ਦਾ ਬੱਚਾ ਗਾੜੀ ਕੈਲਕੂਲੇਟਰ ਤੇ ਹਿਸਾਬ ਕਰ ਰਿਹਾ ਉਹ ਪਿੱਛੇ ਬੈਠਾ ਉਹਦਾਂ ਦੱਸਦਾ ਵੀ ਇੰਨੇ ਬਣਨੇ ਨੇ ਕਿਉਂ ਤਜਰਬਾ ਉਹਨੇ ਇਹਦੀ ਵਰਤੋਂ ਕੀਤੀ ਉਹਦਾ ਪੁੱਤ ਇਹਦੀ ਵਰਤੋਂ ਕਰਕੇ ਨਾ ਸਾਈਕਲ ਤੋਂ ਰੇੜੀ ਰੇੜੀ ਤੋਂ ਇੱਕ ਦੁਕਾਨ ਇੱਕ ਦੁਕਾਨ ਤੋਂ ਵੱਡਾ ਮਾਲ ਖੋਲ ਕੇ ਦਿੰਦਾ ਹੈ ਇਹਦੀ ਵਰਤੋਂ ਕੀਤੀ ਹੈ ਦਿਮਾਗ ਵਰਤੇ ਜੇ ਮੈਂ ਰੋਜ਼ ਜੇ ਮੈਂ ਇਹਦਾ ਹੀ ਇਹਦਾ ਹੀ ਸੰਗ ਕਰਾਂ ਅਪਾਹ ਹੋ ਜਾਵਾਂਗਾ ਮੈਂ ਫਿਰ ਤੇ ਮਤਰੀ ਨਹੀਂ ਸਕਦਾ ਸਾਡੇ ਪ੍ਰਿੰਸੀਪਲ ਗਿਆਨੀ ਜਗਜੀਤ ਸਿੰਘ ਸਿੱਦਕੀ ਨੇ ਇੱਕ ਲਫ਼ਜ਼ ਕਹਿੰਦੇ ਹੁੰਦੇ ਸੀ ਧਿਆਨ ਨਾਲ ਸੁਣਿਓ ਸ਼ਾਇਦ ਕਈ ਨੂੰ ਕੜਵਾ ਲੱਗੇਗਾ ਜਦੋਂ ਉਹਨਾਂ ਸਾਨੂੰ ਸੰਥਿਆ ਕਰਾਉਣੀ ਨਾ ਇਹ 97 ਦੀ ਗੱਲ ਹੈ 8 ਦੀ ਗੱਲ ਹੈ ਤੇ ਜਦੋਂ ਅਸੀਂ ਉਹਨਾਂ ਕੋਲ ਸੰਥਿਆ ਕਰਨੀ ਬੜੇ ਪਿਆਰ ਨਾਲ ਗੁਰਬਾਣੀ ਦੀ ਸੰਥਿਆ ਕਰਾਉਂਦੇ ਸੀ ਉਹ ਸਾਨੂੰ ਤੇ ਸੰਥਿਆ ਕਰਾਉਂਦੇ ਇੱਕ ਲਫ਼ਜ਼ ਬੋਲਣਾ ਕਹਿੰਦੇ ਮੈਂ ਕਿਉਂਕਿ ਕੀਰਤਨੀਆਂ ਬਹੁਤ ਵਧੀਆ ਸੀ ਵਿਆਖਿਆ ਕਰ ਬਹੁਤ ਬਾ ਕਮਾਲ ਸੀ 99 ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਸਾਨੂੰ ਪੜਾਉਂਦੇ ਆ ਪੜਾਉਂਦੇ ਆ ਉਹ ਅਕਾਲ ਚਲਾਣਾ ਕਰ ਗਏ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੀ ਸਿੱਖਿਆ ਉਹਨਾਂ ਦੇ ਉਪਦੇਸ਼ ਜੂਨ ਦੇ ਪੌਣ ਦਾ ਤਰੀਕਾ ਸੀ ਸਲੀਕਾ ਸੀ ਜਿਹੜੋਂ ਆਪਣੇ ਘਰ ਵਿੱਚੋਂ ਬਾਣੀ ਦੀ ਬਿਮਾਰ ਹੋਣ ਦੇ ਬਾਵਜੂਦ ਵੀ ਅਸੀਂ ਕਾਲ ਤੋਂ ਉੱਠ ਕੇ ਸਵੇਰੇ ਨਿਤਨੇਮ ਦੀ ਸੰਥਿਆ ਉਹਨਾਂ ਕੋ ਘਰ ਲੈਣ ਜਾਂਦੀ ਸੀ ਬਿਮਾਰ ਹੋਣਾ ਉਹਨਾਂ ਨੇ ਦਰਦ ਹੋਣੀ ਪਰ ਆਪ ਉਹਨਾਂ ਤੋਂ ਰੇ ਫਿਰਨਾ ਸਾਨੂੰ ਲੈਣਾ ਮਰਬਾਨੀ ਦੀ ਜਿੱਥੇ ਸੀ ਪਾਠ ਕਰਨਾ ਮੜ ਜਾ ਉਚਾਰਨ ਗਲਤ ਹੋਣਾ ਨਾਲ ਹੀ ਟੋਕ ਦੇਣਾ ਇਹ ਇਹਦਾ ਉਚਾਰਨ ਇਦਾਂ ਹੈ ਇੱਕ ਇੱਕ ਦਰਦ ਹੁੰਦੀ ਬੰਦਾ ਹਾਏ ਕਰਦਾ ਜਦੋਂ ਉਹਨਾਂ ਨੂੰ ਦਰਦ ਹੁੰਦਾ ਉਹ ਕਹਿੰਦਾ ਵਾਹਿਗੁਰੂ ਮਹਾਰਾਜ ਕਰੋ ਕਿਰਪਾ ਐ ਇਦਾਂ ਤਾਂ ਉਹਨਾਂ ਨੇ ਇੱਕ ਲਬਜ ਅਕਸਰ ਕਹਿਣਾ ਕਹਿੰਦੇ ਮੈਂ ਉਸ ਰਾਗੀ ਨੂੰ ਰਾਗੀ ਨਹੀਂ ਮੰਨਦਾ ਜਿਹੜਾ ਗੁਰਬਾਣੀ ਦੇ ਸ਼ਬਦਾਂ ਨੂੰ ਵੇਖ ਕੇ ਸੰਗਤ ਵਿੱਚ ਪੜਦਾ ਹੁਣ ਇਹ ਗੱਲ ਹਾਰੇ ਸਾਰਿਆਂ ਨੂੰ ਹਜਮ ਨਹੀਂ ਹੋਣੀ ਕਹਿੰਦੇ ਤੁਹਾਡਾ 24 ਘੰਟੇ ਤੁਸੀਂ ਇਸੇ ਕੰਮ ਤੇ ਫੋਕਸ ਹੈ ਤੁਸੀਂ ਸ਼ਬਦ ਨਹੀਂ ਯਾਦ ਕਰ ਸਕਦੇ ਬਾਣੀ ਕੰਠ ਨਹੀਂ ਕਰ ਸਕਦੇ ਫਿਰ ਬਾਣੀ ਤੁਸੀਂ ਵੇਖੋ ਕਈ ਰਾਗੀ ਜਿਹੜੇ ਬਾਣੀ ਕੰਠ ਕਰਕੇ ਗਾਉਂਦੇ ਆ ਹੁਣ ਜਿਹੜੇ ਸੁਰਮੇ ਸਿੰਘ ਰਾਗੀ ਆ ਭਾਈ ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਦਰਬਾਰਸ ਕਿਤੇ ਕੀਰਤਨ ਸੁਣੀਏ ਤੇ ਆਨੰਦ ਆ ਜਾਂਦਾ ਰਾਗੀ ਸਾਰੇ ਆਪਣੀ ਆਪਣੀ ਜਗ੍ਹਾ ਠੀਕ ਨੇ ਪਰ ਕੀ ਬਾਤ ਹੈ ਜੀ ਉਹਨਾਂ ਦੇ ਉਹਨਾਂ ਦੀ ਅੱਖਾਂ ਦੀ ਜੋਤ ਨਹੀਂ ਪਰ ਤੁਸੀਂ ਸ਼ਬਦ ਉਹਨਾਂ ਦਾ ਸੁਣੋ ਕਿਤੇ ਅਸੀਂ ਜਦੋਂ ਕਿਤੇ ਰਾਤ ਨੂੰ ਸਫਰ ਕਰਦੇ ਆ ਜਦੋਂ ਉਹਨਾਂ ਦੇ ਸ਼ਬਦ ਲਾ ਕੇ ਅਸੀਂ ਜਦੋਂ ਸਫਰ ਕਰਦੇ ਆ ਆਨੰਦ ਆਉਂਦਾ ਵੀ ਕੀ ਬਾਤ ਹੈ ਕਿੰਨਾ ਸੋਹਣਾ ਉਹ ਉਹ ਗਾਇਨ ਕਰਦੇ ਆ ਹੁਣ ਉਹ ਵੇਖ ਕੇ ਫੜਦੇ ਅੱਖਾਂ ਦੀ ਜੋਤ ਨਹੀਂ ਹੈ ਪਰ ਅੰਦਰ ਦਾ ਅੰਦਰ ਅੰਦਰ ਉਹਨਾਂ ਦੇ ਚਾਨਣ ਹੈ ਹੁਣ ਇਹਦਾ ਅਰਥ ਜਿਨ੍ਹਾਂ ਦਾ 24 ਘੰਟੇ ਕੰਮ ਹੀ ਇਹ ਹੈ ਕਿ ਉਹ ਚਾਰ ਸ਼ਬਦ ਯਾਦ ਨਹੀਂ ਕਰ ਸਕਦੇ ਪਰ ਅਸੀਂ ਅਪਾਜ ਹੋ ਗਏ ਗੁੱਸਾ ਨਾ ਮਨਾਇਓ ਇਹ ਗੱਲ ਕਿ ਇਹਨੂੰ ਚੁਬਣੀ ਹੈ ਵੀ ਤੁਸੀਂ ਜਿਹੜੇ ਸ਼ਬਦਾਂ ਨੂੰ ਗਾਉਣਾ ਹੈ ਉਹ ਕੰਠ ਕਰ ਲਓ ਅਸੀਂ ਉਹਨਾਂ ਨੂੰ ਵੀ ਨਹੀਂ ਕੰਮ ਆਪਣੇ ਕੰਮ ਪ੍ਰਤੀ ਇੰਨੇ ਵੀ ਮਾਨਦ ਨਹੀਂ ਕਹਿੰਦੇ ਮੈਂ ਉਸ ਰਾਗੀ ਨੂੰ ਹੁਣ ਸਾਡੇ ਪ੍ਰਚਾਰਕਾਂ ਨੂੰ ਵੀ ਬਿਮਾਰੀ ਪੈ ਗਈ ਹੌਲੀ ਹੌਲੀ ਉਹ ਵੀ ਕਈ ਵੇਖ ਕੇ ਸਾਹਮਣੇ ਐਦਾਂ ਰੱਖ ਲੈਂਦੇ ਆਪਣੇ ਆਪਣੇ ਸਾਹਮਣੇ ਕੋ ਮੋਬਾਈਲ ਰੱਖ ਲੈਂਦਾ ਸੰਗਤ ਵਿੱਚ ਕੋਸ਼ਿਸ਼ ਕਰੋ ਸਤਗੁਰ ਦੀ ਬਾਣੀ ਨੂੰ ਜਿਹੜੀ ਕਮ ਸਿਕਾ ਸੰਗਤ ਵਿੱਚ ਪੇਸ਼ ਕਰਨੀ ਹੈ ਤੁਸੀਂ ਜਿਹੜੀ ਤੁਸੀਂ ਸੰਗਤ ਵਿੱਚ ਵਿਚਾਰ ਲੈ ਕੇ ਜਾਣੀ ਹੈ ਕਮ ਸੇ ਕਮ ਉਥੇ ਬਾਣੀ ਨੂੰ ਕੰਢ ਕਰਕੇ ਠੀਕ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਜਿਹੜਾ ਲੜੀਵਾਰ ਸ਼ਬਦ ਚੱਲ ਰਿਹਾ ਉਹਦੇ ਤੁਸੀਂ ਪੜਨੇ ਪੜਨਾ ਉਥੋਂ ਜਿਹੜਾ ਲੜੀਵਾਰ ਸ਼ਬਦ ਤੁਸੀਂ ਸੁਣਿਆ ਕਰਨਾ ਵਿਚਾਰਨਾ ਪਰ ਇਹਦਾ ਪ੍ਰਮਾਣ ਦੇਣੇ ਨਾਲ ਇਹਦੇ ਵਿਚਾਰ ਕਮ ਸੇ ਕਮ ਉਹ ਤੇ ਸਾਨੂੰ ਯਾਦ ਹੋਣੇ ਚਾਹੀਦੇ ਹਨ ਇਸ ਪੱਖੋਂ ਤੇ ਅਸੀਂ ਇਮਾਨਦਾਰ ਹੋਈਏ ਮਤਲਬ ਅਸੀਂ ਆਪਣਾ ਹੌਲੀ ਹੌਲੀ ਇਹ ਕੰਮ ਛੱਡਦੇ ਜਾ ਰਹੇ ਅਸੀਂ ਵਿਚਾਰ ਵਾਲੇ ਬੰਨੇ ਆਪਣੇ ਆਪ ਨੂੰ ਘਟਾਉਂਦੇ ਜਾ ਰਹੇ ਹਾਂ ਕਿਉਂ ਕਿ ਅਸੀਂ ਮਿਹਨਤ ਕਰਨ ਨੂੰ ਤਿਆਰ ਨਹੀਂ ਆ ਅਸੀਂ ਜਦੋਂ ਗੁਰਬਾਣੀ ਦੀ ਸੰਥਿਆ ਲੈਣੀ ਵਿਚਾਰ ਸਾਨੂੰ ਸਾਡੇ ਟੀਚਰਾਂ ਨੇ ਸਿਖਾਉਣੇ ਤੇ ਇੱਕ ਲਫ਼ਜ਼ ਕਹਿੰਦੇ ਕਹਿੰਦੇ ਪੁੱਤਰ ਤੁਹਾਡੇ ਹੱਥ 'ਚ ਹਰ ਵਕਤ ਡਾਇਰੀ ਚਾਹੀਦੀ ਹੈ ਤੇ ਆਦਤ ਪਈ ਹੁੰਦੀ ਸੀ ਸਾਨੂੰ ਇਹ ਗੱਲਾਂ ਅੱਜ ਤੋਂ 21-22 ਸਾਲ ਦੀਆਂ ਮੈਂ ਪਹਿਲਾਂ ਦੱਸ ਰਿਹਾ ਅਸੀਂ ਰਾਤ ਨੂੰ ਸੌਣ ਲੱਗਿਆਂ ਵੀ ਡੈਰੀ ਹਿੱਕ ਤੇ ਪਈ ਹੁੰਦੀ ਸੀ ਜਦੋਂ ਜਾ ਸੌਣਾ ਨਾ ਐਸਾ ਡੈਰੀ ਹਿੱਕ ਤੇ ਪਈ ਰਾਤ ਨੂੰ ਨਹੀਂ ਦਾ ਜਾਣੀ ਸਿਰ ਉੱਤੇ ਸਾਰੀ ਉਹ ਡੈਰੀ ਵਾਲ ਫੇਰ ਵੇਖਣਾ ਤੁਰਦੇ ਤੁਰਦੇ ਇਸ਼ਨਾਨ ਪਾਣੀ ਕਰਦੇ ਫੇਰ ਸ਼ਬਦ ਪੜ੍ਹਨੇ ਗੁਰਦੁਆਰੇ ਤੱਕ ਜਾਂਦੇ ਆ ਰਾਤ ਨੂੰ ਪੜ੍ਹਨਾ 10 10 11 11 12 12 ਵਜੇ ਤੱਕ ਸੇਰੀ ਉੱਠ ਕੇ ਫੇਰ ਪੜ੍ਹਨਾ ਜਦੋਂ ਅਸੀਂ ਪ੍ਰਸ਼ਾਦਾ ਸ਼ਗਨ ਜਾਣਾ ਤੇ ਹੱਥ ਚ ਡੈਰੀ ਫੜੀ ਹੋਣੀ ਨਾਲ ਨਾਲ ਰੋਟੀ ਖਾਜੇ ਨਾਲ ਨਾਲ ਬਾਗ ਸ਼ਬਦ ਚੱਲੀ ਜਾਣਾ ਮਿਹਨਤ ਤੁਸੀਂ ਕਰੋ ਜਿੰਨੀ ਮਰਜੀ ਮਿਹਨਤ ਤੁਹਾਡੇ ਕੋਲ ਬੜਾ ਕੁਝ ਕੱਢ ਲਓ ਜਿੰਨਾ ਕੱਢਿਆ ਜਾਣਾ ਹੁਣ ਸਾਨੂੰ ਲੱਗਦਾ ਡਾਕਟਰ ਐਵੇਂ ਬਣ ਗਿਆ ਉਹ ਤੇ ਪਿਛੇ ਸਟੱਡੀ ਕਿ ਨਹੀਂ ਕੀਤੀ ਉਸ ਬੰਦੇ ਨੇ ਜਿਹੜਾ ਪਾਇਲਟ ਬਣ ਗਿਆ ਜਿਹੜਾ ਜਿਹੜਾ ਬੰਦਾ ਕੋਈ ਇੰਜੀਨੀਅਰ ਬਣਿਆ ਜਿਹੜਾ ਜਿਹੜੇ ਬੰਦੇ ਨੇ ਜਿਸ ਕਿੱਤੇ ਤੇ ਵੀ ਤੁਸੀਂ ਜਿੱਧਰ ਮਰਜੀ ਜਾਓ ਤੁਸੀਂ ਮਿਹਨਤ ਕਰੋ ਆਪਣੇ ਕਿੱਤੇ ਪ੍ਰਤੀ ਇਮਾਨਦਾਰ ਹੋ ਜਾਓ ਜੋ ਇਹ ਵੀ ਇੱਕ ਧਰਮ ਹੈ ਧਰਮ ਕੀ ਹੈ ਤੁਸੀਂ ਜਿਸ ਕਿੱਤੇ ਚ ਪਏ ਹੋ ਨਾ ਉਹਦੇ ਪ੍ਰਤੀ ਇੰਨੇ ਇਮਾਨਦਾਰ ਹੋ ਜਾਓ ਉਹ ਕਿਤਾਬ ਕਹਿੰਦਾ ਜੇ ਤੂੰ ਮੇਰੇ ਪ੍ਰਤੀ ਇਮਾਨਦਾਰ ਹੈ ਨਾ ਮੈਂ ਤੇਰੇ ਕੋਲ ਕੁਝ ਲੁਕੋਣਾ ਥੋੜਾ ਹੈ ਇਹਨੂੰ ਸੰਭਿਆ ਨਹੀਂ ਜਾਣਾ ਤੁਰ ਪਾ ਗੋ ਅਈ ਤੁਸੀਂ ਵੇਖੋ ਜਿਹੜੇ ਬੰਦੇ ਫਿਲਮਾਂ ਦੇ ਹੀਰੋ ਵੀ ਆ ਜਾਂ ਜਿਹੜੇ ਇਹ ਕੰਮ ਕਰਦੇ ਆ ਉਹ ਕਿਤੇ ਸਮਿਆਂ ਆਣ ਕੇ ਡਿਪਰੈਸ਼ਨ ਚ ਕਿਉਂ ਜਾਂਦੇ ਆ ਕਿਉਂਕਿ ਉਹ ਆਪਣੇ ਕਿਤੇ ਬਰਤੇ ਇਮਾਨਦਾਰ ਨਹੀਂਗੇ ਫੋਕਸ ਗਲਤ ਹੈ ਹੁਣ ਇੱਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਨਿਹਾਲ ਹੋਣਾ ਚਾਹੁੰਦਾ ਨਾ ਤੇ ਗੁਰੂ ਦੀ ਸਿੱਖਿਆ ਉੱਤੇ ਤੁਰਨਾ ਸ਼ੁਰੂ ਕਰ ਦੇ ਤੇ ਗੁਰੂ ਦੀ ਸਿੱਖਿਆ ਕਹਿੰਦੀ ਹੈ ਜਿੰਨਾ ਯੋਰ ਬਾਹਰ ਤੇ ਲੋਣਾ ਉਹ ਤੇ ਥੋੜਾ ਜਿਹਾ ਯੋਰਗਰੇ ਅੰਦਰ ਤੇ ਲਾ ਦੇਵੇਂ ਤੂੰ ਤੇ ਸੱਚੀ ਤਰ੍ਹਾਂ ਜੀਵਨ ਨੇ ਹਾਲ ਹੋ ਜਾਏ ਪ੍ਰਸਾਨ ਹੋ ਜਾਏਗਾ ਤੂੰ ਤੇ ਗੁਰੂ ਸਾਹਿਬ ਕੀ ਕਹਿੰਦੇ ਨੇ ਜੇ 100 ਚੰਦ ਆ ਉਗੋਵੇਂ ਸੂਰਜ ਚੜੇ ਹਜ਼ਾਰ ਹਜ਼ਾਰਾਂ ਸੂਰਜ ਪੈਦਾ ਹੋ ਜਾਣ ਸੈਂਕੜੇ ਚੰ드ਰਮਾ ਪੈਦਾ ਹੋ ਜਾਣ ਇਹ ਗੱਲ ਬਾਹਰ ਦੀ ਨਹੀਂ ਹੋ ਰਹੀ ਇਹ ਗੱਲ ਬੰਦੇ ਦੇ ਅੰਦਰ ਦੀ ਹੋ ਰਹੀ ਹੈ ਆ ਦੁਨਿਆਵੀ ਬਾਕੀ ਹੋਰ ਤਰ੍ਹਾਂ ਤਰ੍ਹਾਂ ਦੇ ਗਿਆਨ ਇਹ ਸੂਰ ਚੰਦਰਮਾ ਲਾ ਲਓ ਪਰ ਇਹ ਤੇ ਚਲਣ ਹੁੰਦੇ ਆ ਗੁਰਬੇਨ ਗੁਰ ਅੰਧਾਰ ਗੁਰੂ ਤੋਂ ਬਿਨਾ ਕੋਹ ਪਹਨੇ ਰਹੇਗਾ ਇਹ ਸੂਰ ਚੰਦਰਮਾ ਹੋਰ ਤੋਂ ਬਾਅਦ ਵੀ ਤੁਹਾਡੇ ਪਰਿਵਾਰਾਂ ਵਿੱਚ ਪ੍ਰੋਬਲਮ ਆ ਸਕਦੀ ਹੈ ਸਮੱਸਿਆ ਆ ਸਕਦੀ ਹੈ ਪਰ ਜੇ ਗੁਰੂ ਸੂਰਜ ਗੁਰੂ ਹੋਏਗਾ ਨਾ ਗੁਰੂ ਦੀ ਸਿੱਖਿਆ ਜੀਵਨ ਚ ਹੋਏਗੀ ਤੇ ਆਨੰਦ ਨਾਲ ਜੀਵਨ ਜਿਉਣਾ ਆ ਜਾਏਗਾ ਸਾਨੂੰ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਇੱਕ ਨਾਮ ਅੰਮ੍ਰਿਤੋ ਦੇਵਾ ਤੋ ਨਾਨਕ ਤ੍ਰਿਸ਼ਟ ਸੁਦੇ ਸਤਗੁਰ 파ਰਸ ਪਰਸੇ ਕੰਚਨ ਕਰੇ ਮਨੂਰ ਮਲੀਣਾ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਪੁਰ ਹੁਣ 파ਰਸ ਵੇਖਿਆ ਥੋੜਾ ਕਿਸੇ ਨੇ ਮੰਨਿਆ ਵੀ 파ਰਸ ਇੱਕ ਇਦਾਂ ਦਾ ਉਹਨੂੰ ਇਦਾਂ ਲੋਹਾ ਲਾ ਦੇਉ ਤਾਂ ਸੋਨਾ ਬਣ ਜਾਂਦਾ ਮੰਨਦੇ ਹੀ ਹੈ ਨਾ ਵੇਖਿਆ ਥੋੜਾ ਕਿਸੇ ਨੇ ਪਰ 파ਸ਼ਾ ਜੀ ਕਹਿੰਦੇ ਨੇ ਗੁਰੂ ਇੱਕ ਐਸਾ 파ਰਸ ਹੈ ਜਿਸਦੇ ਨਾਲ ਲੋਹਾ ਲੱਗ ਜਾਏ ਉਹ ਕੱਲਾ ਉਹਨੂੰ ਸੋਨਾ ਨਹੀਂ ਬਣਾਉਂਦਾ ਆਪਣੇ ਵਰਗਾ 파ਰਸ ਬਣਾ ਦਿੰਦਾ ਤੇ ਬਣਾਇਆ ਸਤਗੁਰ 파ਰਸ ਪਰਸੇ ਕੰਚਨ ਕਰੇ ਮਨੂਰ ਮਲੀਣਾ ਸਤਗੁਰੂ ਬਾਵਨ ਚੰਦਨੋਂ ਵਾਸ ਸੁਆਸ ਕਰੇ ਲਖੀਣਾ ਸਤਗੁਰ ਇੱਕ ਐਸਾ ਚੰਦਨ ਹੈ ਜਿਹਦੇ ਲਾ ਕੇ ਉੱਗੀ ਹੋਈ ਬਨਸਪਤੀ ਜਿਹੜਾ ਵੀ ਆਏਗਾ ਉਹਦੇ ਵਿੱਚ ਇੱਕ ਗੁਣਾ ਦੀ ਸੁਗੰਧੀ ਪੈਦਾ ਕਰ ਦੇਵੇਗਾ ਸਤਗੁਰ ਪੂਰਾ ਪਾਰਜਾਤ ਇੱਕ ਪਾਰਜਾ ਦਰਖਤ ਮੰਨਿਆ ਗਿਆ ਕਿ ਜਿਹਦੇ ਜੋ ਮੰਗੀ ਉਥੋਂ ਮਿਲਦਾ ਸਤਗੁਰ ਪੂਰਾ ਪਾਰਜਾਤ ਸਿੰਬਲ ਸਫਲ ਕਰੇ ਸੰਗ ਲੀਣਾ ਆਮ ਕਿਹਾ ਜਾਂਦਾ ਵੀ ਸਿੰਬਲ ਰੱਖ ਜਿਹੜਾ ਉਹ ਉਹਨੂੰ ਜੇ ਫਲ ਫੁੱਲ ਪੱਤੇ ਲੱਗਦੇ ਬੇਕਾਰ ਰਹਿੰਦੇ ਨੇ ਪਰ ਗੁਰੂ ਇੱਕ ਐਸਾ ਪਾਰ ਜਾਤਾ ਹੈ ਜਿਹੜੇ ਸਿਮਲ ਰੋਖ ਸੀ ਜਿਹੜੇ ਲੋਕ ਲੋਕਾਂ ਵਿੱਚ ਨਕੰਮੇ ਹੋ ਚੁੱਕੇ ਸੀ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਉਹ ਵੀ ਆਪਣਾ ਜੀਵਨ ਨੇ ਹੱਲ ਕਰ ਲੈਂਦੇ ਨੇ ਮਾਨਸਰੋਵਰ ਸਤਗੁਰੂ ਬਾਹਰਲੇ ਸਰੋਵਰਾਂ ਤੇ ਚੁੱਭੀਆਂ ਲਾਉਣ ਵਾਲਿਆ ਗੁਰੂ ਵੀ ਮਾਨਸਰੋਵਰ ਹੈ ਐਵੇਂ ਥੋੜਾ ਖਸਿ ਗੁਰਸਮਾਨ তীર્થ ਨਹੀਂ ਕੋਈ ਗੁਰੂ ਵਰਗਾ ਕੋਈ তীર્થ ਸਥਾਨ ਨਹੀਂ ਆ ਦੁਨੀਆ ਅੰਦਰ ਸਾਰ ਸੰਤੋਖਤਾਸਕਰ ਹੋਏ ਇੱਕ ਫਰਕ ਹੈ ਗੁਰੂ তীਸ ਸਥਾਨ ਵਿੱਚ ਜਿਹੜੇ ਇਤਿਹਾਸਿਕ ਤੀਰਥ ਸਥਾਨ ਹੈ ਇਹਨਾਂ ਤੋਂ ਕਿਸੇ ਸਿੱਖ ਨੂੰ ਜਾਣ ਤੋਂ ਰੋਕਿਆ ਜਾ ਸਕਦਾ ਹੈ ਤੇ ਰੋਕਿਆ ਸਰਕਾਰਾਂ ਨੇ ਜਿਹੜੇ ਸਾਡੇ ਭਰਾ ਵਿਦੇਸ਼ਾਂ ਵਿੱਚ ਜਿਨ੍ਹਾਂ ਨੂੰ ਇੱਥੋਂ ਦੀ ਇਹ ਸਰਕਾਰ ਵੀਜ਼ਾ ਨਹੀਂ ਦੇ ਰਹੀ ਉਹ ਇਸ ਇਸ ਇਹਨਾਂ ਸਰੋਵਰਾਂ ਵਿੱਚ ਇਸ਼ਨਾਨ ਕਰਨ ਨਹੀਂ ਆ ਸਕਦੇ ਪਰ ਦੁਨੀਆ ਅੰਦਰ ਕੋਈ ਸਰਕਾਰ ਨਹੀਂ ਬਣੀ ਜਿਹੜੀ ਗੁਰੂ ਸਰੋਵਰ ਵਿੱਚੋਂ ਇਸ਼ਨਾਨ ਕਰਨ ਤੋਂ ਰੋਕ ਸਕੇ ਨਾ ਅਜੇ ਤੱਕ ਬਣੀ ਹੈ ਨਾ ਸਰਕਾਰ ਅਜੇ ਤੱਕ ਬਣੇਗੀ ਜੇਲਾਂ 'ਚ ਬੈਠੇ ਵੀ ਜੇਲ੍ਹ 'ਚ ਬਖਤੀ ਬਿਠਾ ਹੈ ਉਮਰ ਕੈਦ ਹੋਈ ਹੈ ਫਾਂਸੀ ਦੀ سزا ਹੋਈ ਹੈ ਹੋ ਸਕਦਾ ਹੈ ਉਹਨੂੰ ਬਾਹਰ ਕਦੀ ਨਾ ਆਉਣ ਦੇਣ ਉਹ ਇਤਿਹਾਸਿਕ ਕਿਸੇ ਸਰੋਵਰ ਸਥਾਨ ਤੇ ਇਸ਼ਨਾਨ ਨਾ ਕਰ ਸਕੇ ਪਰ ਗੁਰਬਾਣੀ ਦੇ ਇਸ ਮਹਾਨ ਸਰੋਵਰ ਚੋਂ ਇਸ਼ਨਾਨ ਕਰਨ ਤੋਂ ਤਾਂ ਸਰਕਾਰ ਵੀ ਨਹੀਂ ਰੋਕ ਸਕਦੀ ਉਹ ਜੇਲ੍ਹਾਂ ਚ ਬੈਠੇ ਵੀ ਆਪਣਾ ਬਾਣੀ ਪੜ੍ਹ ਰਹੇ ਸਹਿਜ ਪਾਠ ਕਰ ਰਹੇ ਵਿਦੇਸ਼ਾਂ ਚ ਬੈਠੇ ਹੁਣ ਜਿਹੜੇ ਭਰਾਵਾਂ ਨੂੰ ਸਾਡੇ ਕਈ ਪਰਿਵਾਰ ਐਸੇ ਬੈਠੇ ਜਿਨ੍ਹਾਂ ਨੂੰ ਉਹਨਾਂ ਨੂੰ ਇੱਥੇ ਆਉਣ ਦੀ ਆਗਿਆ ਨਹੀਂ ਪਰ ਉਹ ਗੁਰਬਾਣੀ ਦੇ ਸਰੋਵਰ ਚ ਰੋਜ਼ ਇਸ਼ਨਾਨ ਕਰਦੇ ਹੋਣਗੇ ਉੱਥੇ ਕੋਈ ਗੁਰਸਮਾਨ ਤੀਰਸ ਨਹੀਂ ਕੋਈ ਸਰ ਸੰਤੋਖ ਦਾਸ ਗੁਰ ਹੋਇ ਹੁਣ ਇਥੇ ਸ਼ਬਦ ਵਰਤਿਆ ਹੈ ਸਤਗੁਰੂ ਪੂਰਾ ਪਾਰ ਜਾਤ ਸਿਮਰ ਸਫਲ ਕਰੇ ਸੰਗ ਲੀਣਾ ਮਾਨ ਸਰੂਰ ਸਤਗੁਰੂ ਕਾਗੂ ਹੰਸ ਆ ਹੈ ਗੁਰੂ ਕਾਂ ਤੋਂ ਹੰਸ ਬਣੂਗਾ ਹੁਣ ਇਥੇ ਕੋਹਲੀ ਬਦਲਦੀ ਕਾਲੇ ਕਾਂ ਤੋਂ ਚਿੱਟਾ ਕਾਂ ਨਹੀਂ ਕੀਤਾ ਉਹ ਜਿਹੜੀਆਂ ਸਾਖੀਆਂ ਅਸੀਂ ਸੁਣਦੇ ਆ ਕਾਸ਼ ਕਿਤੇ ਅਸੀਂ ਇਦਾਂ ਸਮਝਦੇ ਕਾਗੂ ਹੰਸ ਕਾਂ ਤੋਂ ਹੰਸ ਹੁਣ ਨਾਉਣ ਵੜਿਆ ਅਸੀਂ ਕਾਂ ਤੋਂ ਬਣ ਹੰਸ ਗਿਆ ਬੋਲੀ ਬਦਲ ਗਈ ਨਾ ਉਹਦੀ ਜਾਨੀ ਕਿ ਹੰਸ ਗੰਦਗੀ ਖਾਂ ਜਿਹੜਾ ਕਾਂ ਗੰਦਗੀ ਖਾਂਦਾ ਹੈ ਹੰਸ ਮੋਤੀ ਚੁਗਦਾ ਹੈ ਜਾਨੀ ਕਿ ਜਿਹੜਾ ਵਕਾਰ ਭੋਗਣ ਵਾਲਾ ਵਿਅਕਤੀ ਬੁਰੇ ਕੰਮ ਕਰਨ ਵਾਲਾ ਵਿਅਕਤੀ ਪੁੱਠੀਆਂ ਸੋਚਾਂ ਸੋਚਣ ਵਾਲਾ ਵਿਅਕਤੀ ਜਦੋਂ ਗੁਰੂ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਸਿੱਖਿਆ ਲੈਂਦਾ ਹੈ ਉਹ ਹੰਸ ਬਣ ਜਾਂਦਾ ਹੈ ਚੰਗੀਆਂ ਗੱਲਾਂ ਸੋਚਦਾ ਹੈ ਚੰਗੇ ਖਿਆਲ ਆਉਂਦੇ ਨੇ ਚੰਗੇ ਸੰਸਕਾਰ ਜ਼ਿੰਦਗੀ 'ਚ ਲੈ ਕੇ ਆਉਂਦਾ ਹੈ ਕਾਗੋ ਹੰਸ ਜਲੋਂ ਦੁੱਧ ਪੀਣਾ ਉਹ ਦੁੱਧ ਪੀਣਾ ਭਾਵ ਉਹ ਉਹ ਜ਼ਿੰਦਗੀ ਵਿੱਚ ਨੇਕ ਕਮਾਈ ਕਰ ਲੱਗ ਪੈਂਦਾ ਹੈ ਸ਼ੁਭ ਗੁਣ ਜੀਵਨ ਚ ਆ ਜਾਂਦੇ ਗੁਰ ਤੀਰਥ ਦਰਿਆਉ ਹੈ ਗੁਰੂ ਇੱਕ ਤੀਰਥ ਹੈ ਗੁਰੂ ਇੱਕ ਅਜੀਹਾ ਦਰਿਆ ਹੈ ਜਿਹਦਾ ਜਲ ਕਦੀ ਮੈਲਾ ਨਹੀਂ ਹੁੰਦਾ ਜੇ ਤੁਪਾ ਪੜਦੇ ਹਨ ਅਮਰਤ ਨੀਰ ਗਿਆਨ ਮਨ ਮੱਜੰ 68 ਤੀਰਥ ਸੰਗ ਗਹੇ ਗੁਰ ਉਪਦੇਸ਼ ਜਵਾਹਰ ਮਾਨਕ ਸੇਵ ਸਿੱਖ ਸੁਖੋਜਲ ਹੈ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖਤਾਸ ਗੁਰ ਹੋਏ ਗੁਰ ਦਰਿਆਉ ਸਦਾ ਜਲ ਨਿਰਮਲ ਗੁਰੂ ਇੱਕ ਅਜਿਹਾ ਦਰਿਆ ਵਾ ਜਿਹਦਾ ਜਲ ਸਦਾ ਹੀ ਨਿਰਮਲ ਵਾ دنیਵੀ ਦਰਿਆਵਾਂ ਦੇ ਪਾਣੀ ਦੰਦੇ ਹੋ ਜਾਂਦੇ ਨੇ ਗੰਗਾ ਭਰੇ ਵੀ ਹੈ ਵੀ ਗੰਗਾ ਦੀ ਮੈਲੀ ਹੋ ਗਈ ਪਾਪੀਆਂ ਦੇ ਪਾਪ ਧੁੰਦੇ ਧੁੰਦੇ ਰਾਮ ਤੇਰੀ ਗੰਗਾ ਮੈਲੀ ਹੋ ਗਈ ਪਾਪੀਆਂ ਕੇ ਪਾਪ ਧੋਤੇ ਧੋਤੇ ਪਰ ਗੁਰੂ ਇੱਕ ਐਸਾ ਦਰਿਆ ਵਾ ਜਿਹਦਾ ਜਲ ਕਦੀ ਮੈਲਾ ਹੁੰਦਾ ਹੀ ਨਹੀਂ ਹੁਣ ਤੁਸੀਂ ਕਿਸੇ ਤੋਬੇ ਕਿਸੇ ਸਰੋਵਰ ਵਿੱਚ ਇਸ਼ਨਾਨ ਕਰੋਗੇ ਉਹਦਾ ਵੀ ਪਾਣੀ ਚੇਂਜ ਕਰਨਾ ਪੈਂਦਾ ਚੀਜ਼ ਨਹੀਂ ਕਰਨਾ ਪੈਂਦਾ ਜਿਹਨੂੰ ਅਸੀਂ ਅਮਰਤ ਕਹਿੰਨੇ ਉਹ ਵੀ ਸਮਾਂ ਪਾ ਕੇ ਗੰਦਾ ਹੋ ਜਾਂਦਾ ਆਪਾਂ ਕਹਿੰਨੇ ਇਹਨੂੰ ਬਦਲੋ ਜੀ ਪਰ ਗੁਰੂ ਦੀ ਸਿੱਖਿਆ ਦਾ ਨਾਮ ਜਲ ਕਦੀ ਗੰਦਾ ਨਹੀਂ ਹੋ ਸਕਦਾ ਭਾਵੇਂ ਪੂਰੀ ਕਾਇਨਾਤ ਇਹਦੇ ਵਿੱਚੋਂ ਭੀ ਮਾਰੀ ਜਾਵੇ ਗੁਰਦਰਿਆਓ ਸਦਾ ਜਲ ਨਰਮਲ ਮਿਲੇ ਆਂ ਦੁਰਮਤ ਮੈਲ ਹਾਰੇ ਜਦੋਂ ਉਹਨੂੰ ਕੋ ਮਿਲਦਾ ਤੇ ਮਿਲਣ ਨਾਲ ਮਿਲੇ ਆਂ ਦੁਰਮਤ ਦੁਰਮਤ ਮਾੜੀ ਮਤ ਮੈੜ ਹਾਰੇ ਸਤਗੁਰੂ ਪਾਏ ਪੂਰਾ ਨਾਮਣ ਜਦੋਂ ਸਤਗੁਰੂ ਪਾ ਲਈਦਾ ਹੈ ਮਨ ਸਤਗੁਰੂ ਦੀ ਸਿੱਖਿਆ ਵਿੱਚ ਇਸ਼ਨਾਨ ਕਰਨ ਲੱਗ ਪੈਂਦਾ ਹੈ ਸਤਗੁਰੂ ਪਾਏ ਪੂਰਾ ਨਾਵਣ ਪਸ਼ੂ ਪ੍ਰੇਤੋਂ ਦੇਵ ਕਰੇ ਪਸ਼ੂ ਬਿਰਤੀ ਪ੍ਰੇਤ ਬਿਰਤੀ ਤੋਂ ਫਿਰ ਦੇਵ ਬਿਰਤੀ ਬਣ ਜਾਂਦੀ ਹੈ ਗੁਰਪੂਰਾ ਜਨ ਸਿਮਰਿਆ ਸਹੀ ਪਏ ਨਿਹਾਲ ਨਾਨਕ ਨਾਮ ਆਰਾਧਨਾ ਏ ਨਾਨਕ ਜਦੋਂ ਮਨੁੱਖ ਨਾਮ ਨੂੰ ਆਰਾਧਦਾ ਹੈ ਗੁਰੂ ਦੀ ਸਿੱਖਿਆ ਉੱਤੇ ਤੁਰਦਾ ਕਾਰਜ ਆਵੇ ਰਾਸ ਕਿਹੜੇ ਕਾਰਜ ਜੀ ਕਾਰਜ ਮੰਦੇ ਰਾ ਸੋਣੇ ਨੇ ਮਨ ਸਹੀ ਵਿਚਾਰ ਦੇ ਲੈਣਾ ਕਮਾਂਡਰ ਸਹੀ ਹੋ ਗਿਆ ਜਰਨੈਲ ਸਹੀ ਹੋ ਗਿਆ ਆਗੂ ਸਹੀ ਹੋ ਗਿਆ ਫੌਜ ਆਪਣੇ ਆਪ ਸਹੀ ਹੋ ਜਾਣੀ ਹੈ ਮੰਦੇ ਕਾਰਜ ਆਪਣੇ ਆਪ ਫਰਾਸ ਹੋ ਜਾਣੇ ਨੇ ਹੁਣ ਇਹ ਤੇ ਸ਼ਬਦ ਵਰਤਿਆ ਪਾਈ ਗੁਰਦਾ ਜੀ ਨੇ ਗੁਰ ਗੁਰ ਤੀਰਥ ਦਰਿਆਓ ਹੈ ਪਸ਼ੂ ਪ੍ਰੇਤ ਕਰੇ ਪਰਬੀਣਾ ਪਸ਼ੂ ਵਰਤੀ ਤੋਂ ਪ੍ਰੇਤ ਵਰਤੀ ਤੋਂ ਪ੍ਰਬੀਣਾ ਸੈਨਾ ਬਣਾਤਾ ਸਤ ਗੁਰ ਬੰਦੀ ਛੋੜ ਹੈ ਸਤਿਗੁਰ ਜੀ ਬੰਦੀ ਛੋੜੇ ਬੰਦਨਾ ਤੋਂ ਮੁਕਤ ਕਰਾਉ ਜੀਵਨ ਮੁਕਤ ਕਰਾਉ ਉਡੀਣਾ ਜੀਵਨ ਮੁਕਤ ਕਰਕੇ ਉਡੀਣਾ ਦਾ ਅਰਥ ਹੈ ਜਿਵੇਂ ਪੰਛੀ ਨਹੀਂ ਹੁੰਦਾ ਪੰਛੀ ਦਾ ਬੱਚਾ ਪਹਿਲਾਂ ਆਂਡੇ ਚ ਹੁੰਦਾ ਕੈਦ ਹੁੰਦਾ ਜਦੋਂ ਆਂਡਾ ਟੁੱਟ ਜਾਂਦਾ ਤੇ ਆਜ਼ਾਦ ਹੋ ਕੇ ਫਿਰ ਉਡਾਰੀਆਂ ਮਾਰਦਾ ਹੈ ਫਿਰ ਇਦਾਂ ਹੀ ਅਸੀਂ ਭਰਮ ਦੇ ਜਾਲ ਵਿੱਚ ਪਏ ਆ ਭਰਮ ਦੇ ਆਂਡੇ ਵਿੱਚ ਫਸੇ ਪਏ ਆ ਫਿਰ ਜਦੋਂ ਉਹ ਆਂਡਾ ਟੁੱਟਦਾ ਹੈ ਫੁੱਟੋਂ ਆਂਡਾ ਭਰਮ ਕੰਮ ਨੇ ਪਈ ਉਹ ਪ੍ਰਗਾਸ ਵਾਲੀ ਗੱਲ ਹੋ ਜਾਂਦੀ ਹੈ ਤੋ ਹਜ਼ੂਰ ਇਹ ਫਰਮਾਉਂਦੇ ਨੇ ਨਾਨਕ ਨਾਮ ਅਰਧਨਾ ਕਰ ਜਾਵੇ ਰਸ ਕਿਹੜਾ ਕਾਰਜ ਕੀਤਾ ਲੋੜੀਏ ਕੰਮ ਸਵਾਰ ਪਿਆ ਕੀ ਜੇ ਤੂੰ ਆਪਣੀ ਜ਼ਿੰਦਗੀ ਦੇ ਕੰਮ ਕਰਾਉਣੇ ਚਾਹਨਾ ਹਰ ਪਿਆ ਕੀ ਹਰੀ ਨੂੰ ਆਖ ਸੱਚ ਨੂੰ ਆਖ ਸੱਚ ਨਾਲ ਸੰਬੰਧ ਜੋੜ ਕਾਰਜ ਕੀਤਾ ਲੋੜੀਏ ਕੰਮ ਸਵਾਰ ਪਿਆ ਕੀ ਕਾਰਜ ਦੇ ਸਵਾਰ ਤੇਰੇ ਕਾਰਜ ਸਵਾਰ ਦੇਵੇਗਾ ਸਤਿਗੁਰ ਸੱਚ ਸਾਖੀ ਪਰ ਇੱਕ ਕੰਡੀਸ਼ਨ ਇੱਕ ਸ਼ਰਤ ਹੈ ਸਤਿਗੁਰ ਦੀ ਸਾਖੀ ਉੱਤੇ ਤੁਰਨਾ ਪਵੇਗਾ ਸਤਿਗੁਰ ਦੀ ਸਿੱਖਿਆ ਉੱਤੇ ਤੁਰਨਾ ਪਵੇਗਾ ਸਤਿਗੁਰ ਸੱਚ ਸਾਖੀ ਹੈ ਅਸੀਂ ਅੱਜ ਕਾਰਜ ਸਵਾਰਨਾ ਚਾਹੁੰਦੇ ਹਾਂ ਗੁਰੂ ਦੀ ਸਿੱਖਿਆ ਉੱਤੇ ਤੁਰਨ ਨਹੀਂ ਚਾਹੁੰਦੇ ਤੇ ਕਾਰਜ ਕਿਹੜੇ ਮੰਨ ਦੇ ਕਾਰਜ ਆਪਣੇ ਜ਼ਿੰਦਗੀ ਦੇ ਕਾਰਜ ਸਵਾਰਨ ਵਾਸਤੇ ਮੰਨ ਦੇ ਕਾਰਜ ਅੱਖਾਂ ਦਾ ਸਹੀ ਵੇਖਣਾ ਜ਼ੁਬਾਨ ਦਾ ਸਹੀ ਬੋਲਣਾ ਕੰਨਾਂ ਦਾ ਸਹੀ ਸੁਣਨਾ ਪੈਰਾਂ ਦਾ ਸਹੀ ਤੁਰਨਾ ਇਹ ਮੰਨ ਦੀ ਕਾਰਜ ਹੈ ਇਹ ਕਾਰਜ ਰਾਸ ਜਦੋਂ ਤੁਹਾਡੇ ਇਹ ਕਾਰਜ ਰਾਸ ਆ ਗਏ ਨਾ ਫਿਰ ਜ਼ਿੰਦਗੀ ਚੜ੍ਹਦੀ ਕਲਾ ਚ ਹੈ ਅਜੇ ਤੱਕ ਅਸੀਂ ਬਾਕੀ ਕਾਰਜਾਂ ਬਾਰੇ ਸੋਚ ਰਹੇ ਮੈਂ ਕੋਠੀ ਲੈਣਾ ਚਾਹੁੰਦਾ ਸੀ ਮੇਰਾ ਕਾਰਜ ਰਾਸ ਹੋ ਗਿਆ ਮੈਂ ਕੋਠੀ ਵੇਚਣਾ ਚਾਹੁੰਦਾ ਸੀ ਮੇਰਾ ਕਾਰਜ ਰਾਸ ਹੋ ਗਿਆ ਮੈਂ ਜ਼ਮੀਨ ਖਰੀਦਣਾ ਚਾਹੁੰਦਾ ਸੀ ਮੇਰਾ ਕਾਰਜ ਰਾਸ ਹੋ ਗਿਆ ਮੈਂ ਜ਼ਮੀਨ ਵੇਚਣਾ ਚਾਹੁੰਦਾ ਸੀ ਮੇਰਾ ਕਾਰਜ ਰਾਸ ਹੋ ਗਿਆ ਮੇਰਾ ਵਿਜਾ ਨਹੀਂ ਲੱਗਦਾ ਲੱਗਿਆ ਕਾਰਜ ਰਾਸ ਹੋ ਗਿਆ ਮੇਰਾ ਪੁੱਤ ਬਾਹਰ ਸੀ ਇੱਧਰ ਨਹੀਂ ਸਿਆ ਰਿਹਾ ਮੈਂ ਅਰਦਾਸ ਕੀਤੀ ਮੇਰਾ ਕਾਰਜ ਰਾਸ ਹੋ ਗਿਆ ਅਜੇ ਤੱਕ ਅਸੀਂ ਇਹੋ ਕਾਰਜਾਂ 'ਚ ਫਸੇ ਪਏ ਹਾਂ ਜਿਹੜਾ ਅਸਲੀ ਕਾਰਜ ਉਹ ਤੇ ਪੋਲੀ ਬੈਠੇ ਅਸੀਂ ਜਦੋਂ ਅਸੀਂ ਅਸਲੀ ਦਾਤ ਤੱਕ ਪਹੁੰਚਾਂਗੇ ਜ਼ਿੰਦਗੀ ਖੂਬਸੂਰਤ ਬਣ ਜਾਏਗੀ ਆਓ 8 ਨੰਬਰ ਸ਼ਲੋਕ ਹੈ ਜਿਸ ਵਿੱਚ ਗੁਰੂ ਸਾਹਿਬ ਜੀ ਬਹੁਤ ਪਿਆਰੀ ਸਿੱਖਿਆ ਦਿੰਦੇ ਨੇ ਗੁਰਪੂਰਾ ਜਿਨ ਸਿਮਰਿਆ ਜਿਨ੍ਹਾਂ ਜਿਨ੍ਹਾਂ ਨੇ ਪੂਰੇ ਗੁਰੂ ਦੀ ਸਿੱਖਿਆ ਉਤੇ ਅਮਲ ਕੀਤਾ ਸਹੀ ਪਏ ਨਿਹਾਲ ਉਹ ਜ਼ਿੰਦਗੀ ਖੂਬਸੂਰਤ ਤਰੀਕੇ ਨਾਲ ਜੀਉਂਦੇ ਨੇ ਆਨੰਦ ਨਾਲ ਜੀਉਂਦੇ ਨੇ ਨਾਨਕ ਨਾਮ ਅਰਾਧਨਾ ਕਾਰਜ ਆਵੇ ਰਸ ਆਓ ਇਹ ਸ਼ਲੋਕ ਵਿੱਚੋਂ ਸਮਝੀਏ ਕਿ ਗੁਰੂ ਦੀ ਸਿੱਖਿਆ ਉੱਤੇ ਤੁਰਿਆਂ ਜ਼ਿੰਦਗੀ ਦੇ ਕਿਹੜੇ ਕਾਰਜ ਰਾਸ ਆਉਂਦੇ ਨੇ ਤੇ ਸਮਝ ਆ ਜਾਏਗੀ ਉਹ ਕਾਰਜ ਕਿਹੜੇ ਨੇ ਅੱਖਾਂ ਜਿਹਨੂੰ ਸਹੀ ਵੇਖਣ ਲੱਗ ਪਈਆਂ ਕੰਨ ਸਹੀ ਸੁਣਨ ਲੱਗ ਪਏ ਜ਼ਿੰਦਗੀ ਖੂਬ ਸੂਰਤ ਬਣ ਜਾਏਗੀ ਸਾਰਿਆਂ ਦਾ ਧੰਨਵਾਦ ਫਤਿਹ ਬਲਾਉ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ